ਵੇਖ ਕਿੱਦਾਂ ਸੁੱਤੀ ਆ, ਕੋਈ ਪਤਾ ਨਹੀਂ ਪੁੱਛਣਾ ਮੈਂ। ਇੱਥੇ ਸੋਤੇ ਉੱਠਣ ਦਾ ਰਿਵਾਜ਼ ਵਾ, ਰੋਟੀ ਟਾਈਮ ਨਾਲ ਖਾਂਦੇ ਹਾਂ ਅਸੀਂ। ਤੇਰੇ ਪਿਛਲੇ ਵਾਂਗੂ ਨਹੀਂ 12 ਵਜੇ ਤੱਕ ਭਾਂਡੇ ਖੜਕਦੇ ਰਹਿਣ। ਹਾਂਜੀ ਠੀਕ ਆ ਮੰਮੀ ਜੀ, ਬਣਾ ਦੇਣੀ ਮੈਂ। ਹੈਲੋ, ਰੋਟੀ ਖਾ ਲਓ ਮੰਮੀ ਜੀ। ਆ ਭੜਥਾ ਵੱਜਦਾ, ਮੈਂ ਕੀ ਖਾਵਾਂ। ਬੰਦਾ ਮਾਸਾ ਪਤਲਾ ਕਰ ਲੈਂਦਾ ਵਾ, ਕੀ ਬਣਾਇਆ ਇਹਨੂੰ ਮੈਂ। ਮੇਰੇ ਕੋਲ ਨਹੀਂ ਖਾਧਾ ਜਾਂਦਾ ਇਹੋ ਜਿਹਾ, ਲੈ ਜਾ ਇਹਨੂੰ, ਮੈਂ ਆਪੇ ਬਣਾ ਕੇ ਖਾ ਲੂੰਗੀ। ਮੰਮੀ ਜੀ ਖਾ ਕੇ ਤਾਂ ਦੇਖੋ ਟੇਸਟ ਬਣਿਆ ਵਾ। ਮੈਂ ਖਾਣਾ ਨਹੀਂ, ਜਿਹਨੂੰ ਵੇਖਣ ਨੂੰ ਜੀ ਨਹੀਂ ਕਰਦਾ ਉਹਨੂੰ ਮੈਂ ਖਾਵਾਂ ਕਿੱਦਾਂ, ਮੂੰਹ 'ਚ ਕਿੱਦਾਂ ਪਾਵਾਂ ਇਹਨੂੰ ਮੈਂ। ਇੱਕ ਬੁਰਕੇ ਤਾਂ ਖਾ ਕੇ ਦੇਖੋ। ਨਹੀਂ ਮੈਂ ਨਹੀਂ ਖਾਣਾ, ਮੈਂ ਆਪੇ ਬਣਾ ਕੇ ਖਾ ਲੂੰਗੀ। ਰੋਟੀ ਤੂੰ ਲੈ ਜਾ ਚੁੱਕੇ ਇੱਥੋਂ, ਰੋਟੀ ਬਣਾਈ ਆ ਜਿਹੜੀ ਤੂੰ। ਖਾ ਕੇ ਵੇਖ ਲਓ ਇੱਕ ਬੁਰਕੀ। ਨਹੀਂ ਮੈਂ ਨਹੀਂ ਖਾਣੀ, ਲੈ ਜਾ ਬਣਾ ਲੂੰਗੀ ਮੈਂ ਆਪੇ। ਮੈਂ ਸੋਚਿਆ ਸੀ ਚੱਲ ਨੌਂ ਆ ਜੂਗੀ ਤੇ ਰੋਟੀ ਪੱਕੀ ਕਿਤੇ ਮਿਲੂਗੀ ਸਵਾਦ ਦੀ, ਫਿਰ ਉਹ ਆਪਣੇ ਹੱਥ ਫੇਰ ਲੂਣੇ ਪੈਣੇ ਆ। ਕੀ ਫਾਇਦਾ ਮੈਨੂੰ ਨੌਂ ਲਿਆਉਣ ਦਾ ਹੋਇਆ। ਯੂਟਿਊਬ ਤੋਂ ਭੱਠੇ ਬਣਾਉਣੇ ਸਿੱਖਣੇ ਤੇ ਆਹੋ ਹਾਲ ਹੋਣਾ ਵਾ। ਭੱਠੇ ਕਿਤੋਂ ਚੱਜ ਦੇ ਬਣਨੇ ਆ, ਪੇਕਿਆਂ ਤੋਂ ਸਿੱਖ ਕੇ ਆਈ ਹੋਵੇ ਤੇ ਆਪੇ ਚੱਜ ਦਾ ਬਣ ਜੇ। ਮੈਨੂੰ ਆਪ ਹੀ ਹਿੰਮਤ ਕਰਨੀ ਪੈਣੀ, ਆਪ ਹੀ ਪਕਾ ਕੇ ਖਾਣੀ ਪੈਣੀ ਆ। ਚਾਚੇ ਦਾ ਮੁੰਡਾ ਆਇਆ ਸੀ ਗਗਨ। ਕੀ ਲੈਣ ਆਇਆ ਸੀਗਾ? ਕੁਛ ਨਹੀਂ ਮੰਮੀ ਜੀ, ਉਹ ਕਹਿੰਦੇ ਸੀ ਉਹਦਾ ਮੋਟਰਸਾਈਕਲ ਚਾਚਾ ਜੀ ਲੈ ਗਿਆ ਅਤੇ ਉਹ ਫਿਰ ਮੋਟਰਸਾਈਕਲ ਲੈਣ ਆਇਆ ਸੀਗਾ। ਹਾਏ ਹਾਏ, ਮੈਂ 2 ਮਿੰਟ ਘਰੋਂ ਕੀ ਚੱਲ ਗਈ ਹਾਂ, ਤੂੰ ਤਾਂ ਪਤਾ ਨਹੀਂ ਕੀ ਕਰਦੀ ਮਗਰੋਂ। ਕਿਉਂ ਉਹਨੂੰ ਮੋਟਰਸਾਈਕਲ ਦੇਣਾ ਸੀ ਤੂੰ ਬਿਨਾਂ ਪੁੱਛੇ? ਸਾਡੇ ਤਜਿੰਦਰੂ ਨੇ ਸਾਰੇ ਕੰਮ ਇਹਨੂੰ ਪੁੱਛ ਕੇ ਕਰਦੇ ਆ, ਤੈਨੂੰ 4 ਦਿਨ ਆਈ ਨੂੰ ਹੋਏ ਅਜੇ, ਤਾਂ ਤੂੰ ਆਪਣੀਆਂ ਮਰਜ਼ੀਆਂ ਕਰਨ ਵੀ ਲੱਗ ਪਈ ਆ। ਮੰਮੀ ਜੀ ਅੱਗੇ ਲੈ ਕੇ ਜਾਂਦਾ, ਮੈਂ ਤਾਂ ਦੇਤਾ ਸੀ। ਅੱਗੇ ਲੈ ਕੇ ਜਾਂਦਾ, ਹੁਣ ਪਤਾ ਨਹੀਂ ਕਿੱਥੋਂ ਸਿੱਖ ਕੇ ਆਈ ਇਹੋ ਜਿਹਾ। ਜਿਹੋ ਜਿਹੇ ਤੇਰੇ ਪਿੱਛੇ ਕੰਮ ਚੱਲਦੇ ਉਹੋ ਜਿਹੇ ਇੱਥੇ ਨਹੀਂ ਉਹ ਚੱਲਣੇ। ਤੈਨੂੰ ਮੈਂ ਅੱਗੇ ਵੀ ਕਿਹਾ ਸੀਗਾ ਇਹ ਗੱਲ, ਪਰ ਤੂੰ ਸਮਝਦੀ ਨਹੀਂ ਗੀ। ਪਤਾ ਨਹੀਂ ਕਿੱਥੋਂ ਅਨਪੜ੍ਹ ਜੀ ਅਖਬਾਰ ਜੀ ਪੱਲੇ ਪੈ ਗਈ ਆ ਮੇਰੇ। ਜਾ ਕੇ ਪਾਣੀ ਪੂਣੀ ਲਿਆ ਕੇ ਦੇ, ਬਾਹਰੋਂ ਆਈ ਥੱਕੀ ਆ ਰਹੀ ਹਾਂ। ਮੈਂ ਮੰਮੀ ਉਹਨਾਂ ਨੂੰ ਫੋਨ ਕਰਕੇ ਦੱਸਦੀ ਹਾਂ ਕਿ ਇਹ ਮੈਨੂੰ ਬਹੁਤ ਦੁਖੀ ਕਰਦੇ ਆ, ਮੈਂ ਨਹੀਂ ਹੁਣ ਰਹਿਣਾ ਇੱਥੇ। ਪਰ ਨਹੀਂ, ਜੇ ਮੈਂ ਉਹਨਾਂ ਨੂੰ ਫੋਨ ਕੀਤਾ ਫਿਰ ਉਹਨਾਂ ਨੇ ਵੀ ਦੁਖੀ ਹੋ ਜਾਣਾ ਵਾ, ਮੈਂ ਤਾਂ ਦੁਖੀ ਹੈਗੀ ਹਾਂ। ਮੈਂ ਨਹੀਂ ਦੱਸਣਾ ਉਹਨਾਂ ਨੂੰ ਫੋਨ ਕਰਕੇ। ਸਤਿ
की गल हो गई थी, कल्ली आ गई हां, प्रौणा भी आया नाल तेरे। मम्मी जी मैं नहीं उत्थे रह सकती, बस मैं नहीं जाना उत्थे। मम्मी जी ते गल ते दस, गल की हुई आ? मम्मी जी गल तुहानू की दसा, मेरी सस नहीं मैनू टिकन दिंदी उत्थे, हर वेले नोका टोकी करदी रहिंदी आ। कदी कहिंदी सब्जी विच लून घट आ, ते कदी कहिंदी रोटियां विंगियां तड़िंगियां लाउनी आ, कदी कहिंदी चाह च मिठा वध पा दिंदी आ। मेरी सस नहीं मम्मी जी मैनू टिकन दिंदी, बस इदां करदी तेरी सस? हाँ जी मम्मी जी, मैं नहीं उत्थे जाना बस मम्मी जी। एक मेरा घर वाला लाई लग, अपनी मां दे पिछे लग के हर वेले मेरी बुराई करदा रहिंदा, कहिंदा तू ते कोई काम ही नहीं करदी। अजे सारा काम मम्मी जी मैं करदी हां, ते तां वी तेले दी कदर नहीं मेरी पाउंदा। बस मम्मी जी मैं नहीं उत्थे जाना, मैं नहीं रह सकदी ओहो जे माहौल च। मम्मी जी, मम्मी जी मैं तुहानूं डिसीजन लै लिया वा कि मैं उस घर विच पैर नहीं पाउणा, मैं नहीं उत्थे जाना। कदी कदी ते मम्मी जी मेरा जी करदा कि मैं अपनी सस दा सिर पाड़ देवां। सिर पाड़ दूंगी, ऐदां कहिंदी मेरी कुड़ी अपनी सस नूं? हैं, ते मैं भी ते अपनी नूंह नाल ऐदां ही करदी हां। हाय हाय, जे मेरी नूंह मेरा सिर पाड़ दे, मैनूं कोई खाने च मिला के दे दे, फिर मैं की करूंगी? नहीं नहीं, मेरी नूंह नहीं ऐदां कर सकदी, पर मैनूं भी उहदे नाल ऐदां नहीं करना चाहीदा। मैं तो एवं उन्होंने बेचारी कहती रही हाँ, ये मेरी भी गलती आ। नौवां धीआं बना के रखना चाहिए, बगाने घर आईया होंदिया वा, उन्होंने भी प्यार चाहिए वा।